ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਪ੍ਰਸਾਰਣ ਦੇ ਸੰਬੰਧੀ ਦਿੱਤੇ ਬਿਆਨ ਤੇ ਜਿੱਥੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਗੁਰੂ ਘਰਾਂ ਦੇ ਮਾਮਲਿਆਂ ਦੇ ਵਿੱਚ ਦਖਲ ਨਾ ਦੇਵੇ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦੇ ਕਾਰਜ ਆਪਣੇ ਹੁੰਦੇ ਨੇ ਤੇ ਧਰਮ ਦੇ ਖੇਤਰ ਦਾ ਕਾਰਜ ਆਪਣਾ ਹੁੰਦਾ ਹੈ। ਉੱਥੇ ਹੀ ਅਕਾਲੀ ਦਲ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਵੱਡਾ ਬਿਆਨ ਦਿੰਦੇ ਹੋਏ ਕਿਹਾ ਗਿਆ ਕਿ ਮੁੱਖ ਮੰਤਰੀ ਬਿਨਾਂ ਕਿਸੇ ਤਿਆਰੀ ਤੋਂ ਐਲਾਨ ਕਰੀ ਜਾਂਦੇ ਨੇ। ਮੁੱਖ ਮੰਤਰੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਕੇਂਦਰ ਸਰਕਾਰ ਕੋਲ ਹੈ। ਸਵਾਲ ਕਰਦਿਆਂ ਕਿਹਾ ਕਿ ਉਹਨਾਂ ਨੇ ਕੇਂਦਰ ਸਰਕਾਰ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਹੈ, ਪਰ ਐਲਾਨ ਕਰਨ ਦੇ ਨਾਲ ਵਾਹੋ-ਵਾਹੀ ਖੱਟਣ ਦੇ ਨਾਲ ਕੁਝ ਨਹੀਂ ਹੋਣਾ। ਲਾਈਵ ਟੈਲੀਕਾਸਟ ਕੀਤੀ ਜਾਵੇ, ਪਰ ਬੜੀਆਂ ਵੱਡੀ ਜਦੋਜਹਿਦ ਦੇ ਬਾਅਦ ਵੀ ਉਹ ਨਹੀਂ ਕੀਤਾ ਗਿਆ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਕੇਂਦਰ ਸਰਕਾਰ ਨਾਲ ਬੈਠ ਕੇ ਗੱਲ ਕਰ ਲਈ ਹੈ ਕਿ ਦੂਰਦਰਸ਼ਨ ਜਾਂ ਆਲ ਇੰਡੀਆ ਰੇਡੀਓ ਗੁਰਬਾਣੀ ਨੂੰ ਜਿਹੜਾ ਟੈਲੀਕਾਸਟ ਕਰਨ ਵਾਸਤੇ ਤਿਆਰ ਹੋ ਗਿਆ। ਇਸ ਕਰਕੇ ਇਕੱਲੀ ਅਨਾਊਂਸਮੈਂਟ ਕਰਕੇ ਅਤੇ ਵਾਹਵਾ ਖੱਟਣ ਨਾਲ ਕੰਮ ਨਹੀਂ ਬਣਨਾ, ਉਹਦੇ ਪਿੱਛੇ ਹੋਮਵਰਕ ਵੀ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਆਪਣਾ ਪੂਰਾ ਕਰ ਲੈਣਾ ਚਾਹੀਦਾ। ਪ੍ਰਾਈਵੇਟ ਚੈਨਲ ਕੋਲ SGPC ਨੂੰ ਤਾਂ ਮਜਬੂਰੀ 'ਚ ਜਾਣਾ ਪਿਆ ਕਿਉਂਕਿ ਕਿਸੇ ਵੀ ਗੌਰਮੈਂਟ ਨੇ ਜਿਹੜੀ ਸੰਗਤ ਦੀ ਆਵਾਜ਼ ਸੀ ਉਹਨੂੰ ਨਹੀਂ ਸੁਣਿਆ। ਇਸ ਕਰਕੇ ਹੁਣ ਮੁੱਖ ਮੰਤਰੀ ਸਾਹਿਬ ਪਹਿਲਾਂ ਇਹ ਜ਼ਰੂਰ ਦੱਸਣ ਕਿ ਇਹਦੇ ਉੱਤੇ ਉਹਨਾਂ ਨੇ ਕਿੰਨਾ ਕੁ ਕੇਂਦਰ ਸਰਕਾਰ ਨਾਲ ਸਲਾਹ ਕਰ ਲਈ ਹੈ, ਕਿ ਪ੍ਰੋਜੈਕਟ ਬਣਾ ਕੇ ਭੇਜਿਆ, ਕੋਈ ਡਿਸਕਸ਼ਨ ਕੀਤੀ ਹੈ, ਤਾਂ ਹੀ ਇਹਦੇ 'ਤੇ ਹੋਰ ਕੋਈ ਫਰਦਰ ਜਿਹੜਾ ਕਮੈਂਟ ਹੈ ਉਹ ਕੀਤਾ ਜਾ ਸਕਦਾ। ਨਹੀਂ ਤਾਂ ਐਲਾਨ ਤਾਂ ਅੱਗੇ ਵੀ ਬਹੁਤ ਹੋ ਗਏ, ਇਹ ਵੀ ਇੱਕ ਨਵਾਂ ਐਲਾਨ